ਉਹ ਮੇਰਾ ਖਿਆਲ ਤੇ 75 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਇਆ ਕਿ ਗਵਰਨਰ ਸਾਹਿਬ ਨੇ ਆਪਣਾ ਗਵਰਨਰ ਐਡਰੈਸ ਵਿੱਚ ਹੀ ਛੱਡ ਦਿੱਤਾ। ਅਸੀਂ ਮਸ਼ਕੂਰ ਹਾਂ ਗਵਰਨਰ ਸਾਹਿਬ ਦਾ, ਕਿਉਂਕਿ ਅਸੀਂ ਬੇਨਤੀ ਵੀ ਕੀਤੀ ਸੀ ਕਿ ਗਵਰਨਰ ਸਾਹਿਬ ਤੁਸੀਂ ਕੰਸਟੀਟਿਊਸ਼ਨਲ ਹੈੱਡ ਹੋ, ਅਸੀਂ ਤੁਹਾਡਾ ਇੱਜ਼ਤ ਮਾਣ ਤੇ ਸਨਮਾਨ ਕਰਨੇ ਆ। ਇਹ ਝੂਠ ਦਾ ਪਲੰਦਾ ਜਿਹੜਾ, ਇਹ ਗਵਰਨਰ ਐਡਰੈਸ ਜਿਹੜਾ ਗਵਰਨਮੈਂਟ ਨੇ ਛਾਪਿਆ, ਟੋਟਲੀ ਝੂਠ ਦਾ ਪਲੰਦਾ। ਪੰਜਾਬ ਇਸ ਟਾਈਮ ਇਜ਼ ਅੰਡਰ ਸੀਜ਼, 300 ਤੋਂ ਵੱਧ ਸਾਡੇ ਕਿਸਾਨ ਜ਼ਖਮੀ ਪਏ ਨੇ ਹਸਪਤਾਲਾਂ, 9 ਬੰਦਿਆਂ ਦੀ ਅਜੇ ਤੱਕ ਮੌਤ ਹੋ ਚੁੱਕੀ ਹੈ। ਇਹ ਭਗਵੰਤ ਮਾਨ ਦੀ ਸਾਡੇ ਕੋਲ ਖੁਦ ਕੋ ਇੱਕ ਕਲਿੱਪ ਪਈ ਹੈ, ਜਦੋਂ ਇਹ ਮੈਂਬਰ ਆਫ ਪਾਰਲੀਮੈਂਟ ਸੀ ਇਹ ਗੱਲ ਕਹਿੰਦੇ, ਜਦੋਂ ਬਰਗਾੜੀ ਤੇ ਬਹਿਬਲ ਕਲਾਂ ਦੀਆਂ ਕਿਲਿੰਗਸ ਹੋਈਆਂ ਨੇ, ਇਹਨੇ ਖੁਦ ਪਾਰਲੀਮੈਂਟ ਚ ਕਿਹਾ ਸੀ ਕਿ ਕੋਈ ਇਹੋ ਜਿਹੀ FIR ਵੀ ਹੋ ਸਕਦੀ ਹੈ ਜਿਹਦੇ ਵਿੱਚ ਅਨਨੋਨ ਲੋਕ ਹੋਣ, ਕਦੀ ਪੁਲਿਸ ਵੀ ਅਨਨੋਨ ਹੋ ਸਕਦੀ ਹੈ। ਮੈਂ ਹੀ ਕਾਊਂਟਰ ਸਵਾਲ ਅੱਜ ਭਗਵੰਤ ਮਾਨ ਜੀ ਨੂੰ ਕਰਨਾ, ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਤਾ, ਪੰਜਾਬ ਦੀ ਟੈਰੀਟਰੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਸਕੇ, ਇਟ ਇਜ਼ ਹਾਈ ਟਾਈਮ ਟੂ ਰਿਜ਼ਾਈਨ। ਅੱਜ ਨੈਤਿਕ ਤੌਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਹੈ ਨਹੀਂ। ਗਵਰਨਰ ਸਾਹਿਬ ਨੇ ਖੁਦ ਸਾਡੀ ਗੱਲ ਤਸਲੀਮ ਕਰ ਲਈ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਮੇਰੇ ਵੱਲੋਂ, ਕਿ ਝੂਠ ਦਾ ਪਲੰਦਾ ਨਾ ਪੜੋ, ਤੁਸੀਂ ਕੰਸਟੀਟਿਊਸ਼ਨਲ ਹੈੱਡ ਹੋ। ਤੇ ਉਸੇ ਟਾਈਮ ਉਹਨਾਂ ਨੇ ਉਹ ਪਲੰਦਾ ਹੀ ਉੱਥੇ ਰੱਖ। ਇੱਕ ਤਰੀਕਾ ਹੁੰਦਾ ਸਿਆਣੇ ਆਦਮੀ ਦਾ, ਇੱਕ ਇਸ਼ਾਰਾ ਦੇਣ ਦਾ ਕਿ ਮੈਂ ਐਗਰੀ ਕਰਨਾ ਤੁਹਾਡੀ ਇਸ ਗੱਲ ਤੇ। ਇਹ ਪਹਿਲੀ ਦਫਾ ਦੇਸ਼ ਦੀ ਆਜ਼ਾਦੀ ਚ ਹੋਇਆ ਕਿਸੇ ਵੀ ਅਸੈਂਬਲੀ ਦੇ ਵਿੱਚ ਕਿ ਗਵਰਨਰ ਨੇ ਆਪਣਾ ਐਡਰੈਸ ਪੜਨ ਤੋਂ ਹੀ ਇਨਕਾਰ ਕਰ ਦਿੱਤਾ। ਇਹ ਅੱਜ ਮੋਰਲ ਡਿਫੀਟ ਹੈ ਭਗਵੰਤ ਮਾਨ ਦੀ। ਜੇ ਥੋੜੀ ਮੋਟੀ ਵੀ ਇਹ ਆਪਣੀ ਨੈਤਿਕਤਾ ਸਮਝਦਾ ਹੋਏ ਹੀ ਮਸਟ ਰਿਜ਼ਾਈਨ ਟੂਡੇ। ਇਹਦਾ ਕਾਰਨ ਇਹ ਹੈ ਕਿ ਹੀ ਇਜ਼ ਨਾਟ ਦੀ CM ਆਫ ਪੰਜਾਬ ਐਨੀ ਮੋਰ, ਹੀ ਇਜ਼ ਬੇਸਿਕਲੀ ਐਕਟਿੰਗ ਐਜ਼ ਏ ਏਜੰਟ ਆਫ ਦੀ ਸੈਂਟਰਲ ਗਵਰਨਮੈਂਟ। ਪੰਜਾਬ ਦੀ ਨਾ ਟੈਰੀਟਰੀ ਪ੍ਰੋਟੈਕਟ ਕਰ ਪਾਇਆ, ਨਾ ਪੰਜਾਬ ਦੇ ਕਿਸਾਨਾਂ ਦੇ ਹੱਕ ਪ੍ਰੋਟੈਕਟ ਕਰ ਪਾਇਆ। ਲਗਾਤਾਰ ਅੱਜ 20 ਦਿਨ ਤੋਂ ਬਾਅਦ ਵੀ ਸ਼ੁਭਕਰਨ ਸਿੰਘ ਦੇ ਵਿੱਚ ਹੀ ਮੈਂ ਤੁਹਾਨੂੰ ਕੇਸ ਦੀ ਥੋੜੀ ਜੀ ਬੈਕਗ੍ਰਾਉਂਡ ਦੇਣਾ ਚਾਹੁੰਦਾ। 27 ਤਰੀਕ ਨੂੰ ਮੈਂ ਆਪਣੇ ਲਾਇਰ ਦੇ ਜ਼ਰੀਏ ਇੱਕ ਰਿਟ ਪਾਈ ਸੀ ਹਾਈ ਕੋਰਟ ਦੇ ਵਿੱਚ, ਜਿਹਦੀ 29 ਤਰੀਕ ਚੀਫ ਜਸਟਿਸ ਦੇ ਕੋਰਟ ਵਿੱਚ ਸੀ। ਇੱਕ ਦਿਨ ਪਹਿਲਾਂ ਚੀਫ ਜਸਟਿਸ ਸਾਹਿਬ ਨੇ ਨੋਟਿਸ ਘੱਲਿਆ ਸੀ ਗਵਰਨਮੈਂਟ ਆਫ ਪੰਜਾਬ ਨੂੰ, ਇਹਨਾਂ ਨੂੰ ਪਤਾ ਸੀ ਕਿ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਣੀ FIR ਦਰਜ ਕਰਨ। ਇੱਕ ਹਫ਼ਤਾ ਲਗਾਤਾਰ ਸ਼ੁਭ ਕਰਨ ਦੀ ਡੈੱਡ ਬਾਡੀ ਮੈਡੀਕਲ ਕਾਲਜ ਪਟਿਆਲੇ 'ਚ ਪਈ ਰਹੀ। ਉਸ ਦਿਨ 29 ਤੋਂ ਪਹਿਲੇ 28 ਦੀ ਰਾਤ ਨੂੰ 10:40 ਤੇ ਇਹਨੇ ਮਜਬੂਰੀ ਦੇ ਨਾਲ FIR ਦਰਜ ਕੀਤੀ। ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਡਿਪਾਰਟਮੈਂਟ ਦੀ ਐਡਵਾਈਜ਼ਰੀ ਵਿਖਾ ਸਕਦਾ, ਮੇਰੇ ਕੋਲ ਕਾਗਜ਼ ਨੇ, ਜਿਹਦੇ ਵਿੱਚ ਬਕਾਇਦਾ ਤੌਰ ਉਹਨਾਂ ਕਿਹਾ ਗਿਆ ਜਿੱਥੇ ਵੀ ਕਿਤੇ ਫਾਇਰ ਕਿਤੇ ਗੋਲੀ ਚੱਲੀ ਹੈ ਡੈਥ ਹੁੰਦੀ ਹੈ, ਨੈਚੁਰਲ ਲਾਈਟ ਜਦੋਂ ਸਨਸੈਟ ਤੋਂ ਲੈ ਕੇ ਸਨਰਾਈਜ਼ ਤੋਂ ਸਨਸੈਟ ਤੱਕ ਹੀ ਇਕੱਲੀ ਪੋਸਟਮਾਰਟਮ ਹੋ ਸਕਦੀ। ਇਹ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਜ਼ਰੀ ਹੈ, ਫੋਲੋਡ ਬਾਈ ਦੀ ਗਵਰਨਮੈਂਟ ਆਫ ਪੰਜਾਬ। ਕੋਈ ਵੀ ਪੋਸਟਮਾਰਟਮ ਹਨੇਰੇ ਵਿੱਚ ਨਹੀਂ ਹੋਏਗਾ, ਜਾਂ ਬਲਬ ਜਾਂ ਟਿਊਬਲਾਈਟ ਥੱਲੇ ਨਹੀਂ ਹੋਏਗਾ, ਡੇ ਲਾਈਟ ਰੋਸ਼ਨੀ ਦੇ ਵਿੱਚ ਹੋਏਗਾ। ਮੈਂ ਪੁੱਛਣਾ ਚਾਹੁੰਦਾ ਕੀ ਤੁਹਾਨੂੰ ਇਹੋ ਜਿਹੀ ਮਜਬੂਰੀ ਸੀ?
ਫੇਰ ਤੁਸੀਂ ਵੇਖੋ ਵਾਕਿਆ ਜਿਹੜਾ ਹਰਿਆਣੇ ਦੀ ਗਵਰਨਮੈਂਟ ਕਹਿ ਰਹੀ ਸੀ ਉਹ ਵਾਕਿਆ ਜੀਣ ਦਾ ਬਣਾ ਦਿੱਤਾ ਸਾਡਾ ਕੇਸ ਕਮਜ਼ੋਰ ਕਰਨ ਵਾਸਤੇ। ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਪ੍ਰੈਸ ਵਾਲੇ ਵੀਰਾਂ ਨੂੰ, 21 ਫਰਵਰੀ ਵਾਲੇ ਦਿਨ ਰੰਧਾਵਾ ਜੀ ਇਹਨਾਂ ਨੇ ਇੱਕ ਰੁੱਕਾ ਘੱਲਿਆ ਹਰਿਆਣੇ ਦੀ ਸਰਕਾਰ ਨੂੰ, ਰੁੱਕਾ ਜਿਹਨੂੰ ਕਹੀਦਾ, ਅਤਲਾਹ ਦਿੱਤੀ ਉਹਨਾਂ ਨੂੰ, ਅਤਲਾਹ ਦੇ ਕੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ। ਮੈਂ ਉਹੀ ਪੁੱਛਣਾ ਚਾਹੁੰਦਾ ਮਾਨ ਸਾਹਿਬ, ਤੁਸੀਂ ਬਰਗਾੜੀ ਤੇ ਬਹਿਬਲ ਕਲਾਂ ਚ ਕਹਿੰਦੇ ਸੀ ਅਨਨੋਨ ਬੰਦਿਆਂ ਤੇ ਪਰਚਾ ਕਿਸ ਤਰ੍ਹਾਂ ਹੋ ਸਕਦਾ? ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਪਰਚੇ ਦੀ ਡਿਮਾਂਡ ਹੋ ਰਹੀ, ਇਸ ਗੱਲ ਕਾਰਨ ਡਿਮਾਂਡ ਹੋ ਰਹੀ, ਉਹ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸਨ, ਜੇ ਉੱਥੇ ਸ਼ਾਤਾਂ ਹੋਈਆਂ ਸੀ ਤੇ ਚੀਫ ਮਿਨਿਸਟਰ ਦੇ ਤੇ ਹੋਮ ਮਿਨਿਸਟਰ ਦੇ ਹੁਕਮ ਨਾਲ ਗੋਲੀ ਚੱਲੀ ਸੀ? ਇੱਥੇ ਵੀ ਸਾਡੀ ਮੰਗ ਹੈ ਸਮੁੱਚੇ ਪੰਜਾਬੀਆਂ ਦੀ ਤੇ ਕਾਂਗਰਸ ਪਾਰਟੀ ਦੀ ਕਿ ਅਨਿਲ ਵਿਜ ਜਿਹੜਾ ਹੋਮ ਮਿਨਿਸਟਰ ਹੈ ਹਰਿਆਣੇ ਦਾ, ਉਹਦੇ ਤੇ ਕੇਸ ਦਾਇਰ ਹੋਣਾ ਚਾਹੀਦਾ। ਇਹੀ ਡਿਮਾਂਡ ਅਸੀਂ ਕੱਲ ਵੀ ਰੱਖੀ ਸੀ, ਅੱਜ ਵੀ ਰੱਖਣੇ ਆ ਤੇ ਕੱਲ ਵੀ ਰੱਖਾਂਗੇ। ਕਿਸਾਨਾਂ ਦੀਆਂ ਡਿਮਾਂਡਸ ਨੂੰ ਕੰਪਲੀਟਲੀ ਇਹ ਪ੍ਰੋਟੈਕਟ ਨਹੀਂ ਕਰ ਪਾਇਆ। ਮੈਂ ਅੱਜ ਪੁੱਛਣਾ ਚਾਹਾਂਗਾ ਮਾਨ ਸਾਹਿਬ, ਤੁਸੀਂ ਵਾਅਦਾ ਕੀਤਾ ਸੀ ਜੇ ਸੈਂਟਰ MSP ਨਹੀਂ ਦੇਗੀ ਤੇ ਮੇਰੀ ਸਰਕਾਰ MSP ਦੇਗੀ। ਸਾਡੀ ਛੋਟੀ ਭੈਣ ਇਹਨਾਂ ਦੀ ਮੰਤਰੀ, ਉਹ ਚੁਟਕੀਆਂ ਮਾਰ ਮਾਰ ਕਹਿੰਦੀ ਸੀ ਕਿ ਸਾਨੂੰ ਮੌਕਾ ਦਿਓ ਕੈਪਟਨ ਸਾਹਿਬ, ਤੁਸੀਂ ਅਸਤੀਫਾ ਦਿਓ, 5 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ ਤੇ ਗੰਢਿਆਂ ਤੇ ਕੇਲਿਆਂ ਤੇ ਹਰ ਚੀਜ਼ ਤੇ MSP ਦੇਵਾਂਗੇ। ਮੈਂ ਉਹਨਾਂ ਚੁਟਕੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ, ਅੱਜ ਮੌਕਾ ਆਇਆ, ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ, ਕਿਸਾਨੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਪਾਏ। ਸਾਡੀ ਵੀ ਸਰਕਾਰ ਸੀ, ਇੱਕ ਬੰਦੇ ਤੇ ਲਾਠੀ ਤੱਕ ਨਹੀਂ ਸੀ ਵੱਜੀ, ਦਿੱਲੀ ਤੱਕ ਇਹੀ ਕਿਸਾਨ ਸੇਫ ਪੈਸੇਜ ਦਵਾ ਕੇ ਹਰਿਆਣੇ ਦੇ ਜ਼ਰੀਏ ਦਿੱਲੀ ਤੱਕ ਪਹੁੰਚਾਏ ਗਏ ਸੀ। ਸਾਰੀ ਦੁਨੀਆ ਭਰ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਾਜਮੀਤ ਜੀ, ਅੱਜ ਸਾਰੇ ਯੂਰਪ ਦੇ ਵਿੱਚ ਜਿੰਨੇ ਸਟੇਟ ਕੈਪੀਟਲਸ ਨੇ ਉਹਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੈਮਾਨੇ ਤੇ ਪ੍ਰਦਰਸ਼ਨ ਹੋ ਰਹੇ ਨੇ। ਮੋਦੀ ਸਾਹਿਬ ਨੂੰ ਮੈਂ ਇਹ ਗੱਲ ਚੰਦ ਦਿਨ ਪਹਿਲੇ ਦਿੱਲੀ ਚ ਵੀ ACC ਚ ਪੁੱਛੀ ਸੀ, ਮੋਦੀ ਸਾਹਿਬ 26 ਜਨਵਰੀ ਵਾਲੇ ਦਿਨ ਤੁਸੀਂ ਫ੍ਰੈਂਚ ਪ੍ਰੈਜੀਡੈਂਟ ਮੈਕਰੋਨ ਨੂੰ ਸੱਦਿਆ ਸੀ, ਕੋਈ ਚੀਜ਼ ਮੈਕਰੋਨ ਸਾਹਿਬ ਤੋਂ ਹੀ ਸਿੱਖ ਲੈਣੀ ਸੀ। ਜਿਹੜੇ ਪੈਰਿਸ ਦੇ ਵਿੱਚ ਟਰੈਕਟਰਾਂ ਲੈ ਕੇ ਫਾਰਮਰਸ ਨੇ ਵੱਡੇ ਪ੍ਰਦਰਸ਼ਨ ਕੀਤੇ, ਉੱਥੇ ਮੈਕਰੋਨ ਖੁਦ ਗਏ ਫਾਰਮਰਸ ਦੇ ਕੋਲ ਤੇ ਉਹਨਾਂ ਨੂੰ ਇਹ ਗੱਲ ਕਹੀ, ਤੁਹਾਡੀਆਂ ਜੈਨੂਇਨ ਡਿਮਾਂਡ ਅਸੀਂ ਮੀਟ ਕਰਾਂਗੇ ਬ੍ਰਸਲਸ ਦੇ ਵਿੱਚ, ਮੈਡ੍ਰਿਡ ਦੇ ਵਿੱਚ। ਅੱਜ ਵੱਡੇ ਪੈਮਾਨੇ ਤੇ ਉੱਥੇ ਪ੍ਰਦਰਸ਼ਨ ਚੱਲ ਰਹੇ ਨੇ, ਕਿਸੇ ਸਰਕਾਰ ਨੇ ਕਿਸੇ ਨੂੰ ਰੋਕਿਆ ਨਹੀਂ। ਜੋ ਹਰਿਆਣਾ ਸਰਕਾਰ ਨੇ ਤੌਰ ਤਰੀਕਾ ਫੜਿਆ, ਕੇਲੇ ਲਾਏ ਨੇ, ਸੀਮੈਂਟਡ ਸੜਕਾਂ ਬਣਾ ਦਿੱਤੀਆਂ ਨੇ, ਅਸੀਂ ਪੁੱਛਣਾ ਚਾਹੁੰਦਾ ਕਿ ਨੈਤਿਕ ਹੱਕ ਪੰਜਾਬ ਦੀ ਕਿਸਾਨੀ ਦਾ ਹੈ ਨਹੀਂ? ਆਪਣੇ ਕੈਪੀਟਲ ਜਾਣਾ ਹਿੰਦੁਸਤਾਨ ਦੀ ਸਰਕਾਰ ਨਾਲ ਗੱਲ ਕਰਨ, ਇਹ ਪਤਾ ਸੀ ਸੈਂਟਰ ਦੀ ਸਰਕਾਰ ਨੂੰ? ਮੇਰਾ ਇੱਕ ਗੱਲ ਇੱਕ ਚੰਗੀ ਤਰ੍ਹਾਂ ਸਾਡਾ ਦੋਸ਼ ਹੈ ਕਿ ਸੈਂਟਰ ਨੂੰ ਪਤਾ ਸੀ 3 ਸਾਲ ਪਹਿਲੇ ਅਸੀਂ ਜਦੋਂ ਇਹ ਵਾਪਸ ਲਏ ਨੇ ਕਾਲੇ ਕਾਨੂੰਨ, ਉਦੋਂ ਇਹਨਾਂ ਵਾਅਦਾ ਕੀਤਾ ਸੀ ਕਿ MSP ਨੂੰ ਲੀਗਲਾਈਜ਼ ਅਸੀਂ ਕਰਾਂਗੇ। ਜਿਹੜਾ UP ਦੇ ਵਿੱਚ ਲਖੀਮਪੁਰ ਖੇਰੀ ਦੇ ਵਿੱਚ ਇਹਨਾਂ ਦੇ ਇੱਕ ਮੰਤਰੀ ਦੇ ਮੁੰਡੇ ਨੇ 5-6 ਕਿਸਾਨ ਰੌਂਗ ਦਿੱਤੇ ਸੀ ਜੀਪ ਥੱਲੇ, ਉਹਨਾਂ ਨੂੰ ਸਜ਼ਾਵਾਂ ਅਸੀਂ ਦਵਾਵਾਂਗੇ। ਹਿੰਦੁਸਤਾਨ ਦੀ ਕਿਸਾਨੀ ਦੀ ਸਾਰੀ ਫਸਲਾਂ ਅਸੀਂ ਪੂਰੀ ਇੰਸ਼ੋਰੈਂਸ ਦੇ ਕੇ ਚੁੱਕਾਂਗੇ। ਕਿਸਾਨਾਂ ਦੀਆਂ 700 ਤੋਂ ਵੱਧ ਸ਼ਹਾਦਤਾਂ ਹੋਈਆਂ, ਉਹਨਾਂ ਨੂੰ ਅਸੀਂ ਕੰਪਨਸੇਟ ਕਰਾਂਗੇ। ਬਣੇ ਹੋਏ ਰੇਲਵੇ ਟਰੈਕਸ ਤੇ ਨੈਸ਼ਨਲ ਹਾਈਵੇਜ਼ ਤੇ ਕੇਸਿਸ ਅਸੀਂ ਵਾਪਸ ਕਰਾਂਗੇ, ਉਹਨਾਂ ਨੂੰ ਪਤਾ ਸੀ ਇਹ ਤਿਆਰੀ ਕਰਕੇ ਆਣਗੇ। ਬਟ ਕਿਸਾਨ ਯੂਨੀਅਨ ਦੇ ਵਿੱਚ ਵੀ ਜੇ ਪਾੜ ਪਾਇਆ, ਭਗਵੰਤ ਮਾਨ ਨੇ ਤੇ ਇੰਟੈਲੀਜੈਂਸ ਦੇ ਅਫਸਰਾਂ ਨੇ ਪਾੜ ਪਾਇਆ, ਉਹਨਾਂ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨੀ ਦੀ ਆਵਾਜ਼ ਨੂੰ, ਇਸ ਕਿਸਾਨੀ ਦੀ ਮੂਵਮੈਂਟ ਨੂੰ। ਸੋ ਅਸੀਂ ਉਹਨਾਂ ਚਿਰ ਕਾਂਗਰਸ ਇੱਥੇ ਟਿਕਣ ਨਹੀਂ ਦੇਗੀ ਭਗਵੰਤ ਮਾਨ ਨੂੰ, ਇਹ ਟਾਈਮ ਆ ਗਿਆ। ਭਗਵੰਤ ਮਾਨ ਜੀ, ਤੁਹਾਡਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਿਆ,
ਯੂ ਆਰ ਨਾਟ ਰਿਪ੍ਰੈਜੈਂਟਿੰਗ ਦੀ ਇੰਟਰਸਟ ਆਫ ਪੰਜਾਬ, ਔਨ ਦੀ ਕੌਂਟਰੀ ਯੂ ਆਰ ਐਡਰੈਸਿੰਗ ਦੀ ਇੰਟਰਸਟ ਆਫ ਦੀ ਸੈਂਟਰਲ ਗਵਰਨਮੈਂਟ ਐਂਡ ਦੀ ਹਰਿਆਣਾ ਗਵਰਨਮੈਂਟ। ਤੋ ਇਸ ਗੱਲ ਕਾਰਨ ਅੱਜ ਜਿਹੜਾ ਸਾਡਾ ਪ੍ਰਦਰਸ਼ਨ ਹੈ ਇਹ ਬਕਾਇਦਾ ਤੌਰ ਕਿਸਾਨਾਂ ਨੂੰ ਯਕੀਨ ਦਵਾਉਣ ਵਾਸਤੇ ਹੈ ਕਿ ਕਾਂਗਰਸ ਜਿਹੜੀ ਹੈ ਤੁਹਾਡੇ ਹਰ ਇੰਟਰਸਟ ਨੂੰ ਪ੍ਰੋਟੈਕਟ ਕਰੇਗੀ। ਜਿਹੜੇ ਤੁਹਾਡੇ ਨਾਲ ਹੋਈਆਂ ਜ਼ਿਆਦਤੀਆਂ ਸੀ ਉਹਨਾਂ ਚਿਰ ਨਹੀਂ ਆਰਾਮ ਨਾਲ ਬੈਠਾਂਗੇ ਜਿੰਨਾ ਚਿਰ ਸਾਰੇ ਦੇ ਕੇਸ ਰਜਿਸਟਰ ਨਹੀਂ ਹੁੰਦੇ। 300 ਤੋਂ ਵੱਧ ਨੂੰ ਦੁੰਡਾਲੀ ਦੇ ਸ਼ਰਿਆਂ ਨਾਲ 307 ਦੇ ਕੇਸਿਸ ਬਣਦੇ ਨੇ, ਉਹ ਫੱਟੜ ਪਏ ਨੇ। ਸੋ ਇੰਨਾ ਹੀ ਕਹਿੰਦਾ ਹੋਇਆ ਅਸੀਂ ਗਵਰਨਰ ਸਾਹਿਬ ਦਾ ਵੀ ਥੈਂਕਸ ਕਰਦੇ ਹਾਂ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂਠ ਦਾ ਪਲੰਦਾ ਨਾ ਪੜੋ। ਗਵਰਨਰ ਸਾਹਿਬ ਤੁਸੀਂ ਕੌਂਸਟੀਟਿਊਸ਼ਨ ਹੈਡ ਹੋ, ਤੁਹਾਡੇ ਸਾਹਮਣੇ ਜੋ ਕੁਝ ਰੱਖ ਦੇਣ ਉਹ ਪੜ੍ਹਨਾ ਜ਼ਰੂਰੀ ਨਹੀਂ ਹੁੰਦਾ। ਤੋ ਅਸੀਂ ਮਸ਼ਕੂਰ ਹਾਂ ਉਹਨਾਂ ਨੇ ਇਹ ਗੱਲ ਤੇ ਬਕਾਇਦਾ ਤੌਰ ਮੋਹਰ ਲਗਾਈ, ਉੱਥੇ ਹੀ ਕਾਗਜ਼ ਉਹਨਾਂ ਨੇ ਟੇਬਲ ਤੇ ਸੁੱਟ ਦਿੱਤੇ ਕਿ ਮੈਂ ਤੇ ਝੂਠ ਦਾ ਪਲੰਦਾ ਨਹੀਂ ਜੇ ਪੜ੍ਹਨਾ। ਸੋ ਇਹਦੇ ਵਿੱਚ ਮੈਂ ਸਮਝਣਾ ਡੈਮੋਕਰੇਸੀ ਦੀ ਤੇ ਪੰਜਾਬੀਅਤ ਦੀ ਵੱਡੀ ਜਿੱਤ ਹੋਈ ਹੈ। ਇੰਨਾ ਹੀ ਕਹਿੰਦਾ ਹੋਇਆ ਮੇਰੀ ਕੋਈ ਹੋਰ ਤੁਸੀਂ ਗੱਲ ਕਰਨਾ ਚਾਹੋ।